ਤੇ ਕਾਲਜ ਦੇ ਪ੍ਰੈਜ਼ੀਡੈਂਟ ਹੋਣ ਦੇ ਕਰਕੇ ਡੈਡੀ ਹੋਣਾ ਨੇ ਉਹਨਾਂ ਨੂੰ ਉੱਥੋਂ ਸਟੇਜ ਪ੍ਰੋਗਰਾਮ ਸੀ ਯੂਥ ਫੈਸਟੀਵਲ ਤੇ ਕਾਮਰੇਡ ਜੋ ਸਟੇਜ ਤੋਂ ਬੋਲਣ ਲੱਗੇ ਡੈਡੀ ਹੋਰਾਂ ਨੇ ਉਹਨਾਂ ਨੂੰ ਭਜਾਇਆ ਸੀ ਕਿ ਵੀ ਤੁਸੀਂ ਸਾਡੇ ਕਾਲਜ ਦੇ ਵਿੱਚ ਆ ਕੇ ਸਾਡੇ ਧਰਮ ਦੇ ਖਿਲਾਫ ਨਹੀਂ ਬੋਲ ਸਕਦੇ ਤੇ 1984 ਦੇ ਅਟੈਕ ਵੇਲੇ ਜਦੋਂ ਹੋਇਆ ਤੇ ਡੈਡੀ ਹੋਰਾਂ ਨੂੰ ਸਾਰੇ ਜਦੋਂ ਉੱਥੇ ਜਾਣ ਲੱਗੇ ਤਾਂ ਰਾਹ ਦੇ ਵਿੱਚ ਕਰਫਿਊ ਲੱਗ ਗਿਆ ਸੀ ਫਿਰ ਇਹਨਾਂ ਨੂੰ ਰੋਕਿਆ ਗਿਆ ਤੇ ਉਹ ਅਟੈਕ ਤੋਂ ਥੋੜ੍ਹੇ ਦਿਨਾਂ ਦੀ ਬਾਅਦ ਹੀ ਗੱਲ ਆ ਪਿੰਡ ਦੇ ਵਿੱਚ ਕੋਈ ਸਿੱਖ ਪੁਲਿਸ ਦਾ ਮੁਖਬਰ ਜੋ ਹਿੰਦੂ ਧਰਮ ਨਾਲ ਰਿਲੇਟਡ ਸੀ ਉਹਨੇ ਬਹੁਤ ਅਟੈਕ ਹੋਣ ਤੋਂ ਬਾਅਦ ਸੰਤਾਂ ਵਾਲੇ ਗਲਤ ਬੋਲੇ ਲੱਡੂ ਵੰਡੇ ਕਾਫੀ ਤੇ ਫਿਰ ਡੈਡੀ ਹੋਣਾਂ ਨੇ ਉਹਨੂੰ ਸੌਦਾ ਲਾਇਆ ਸੀ ਅਤੇ ਕਾਫੀ ਜਦੋਂ ਛੋਟੇ ਸੀਗੇ ਉਦੋਂ ਤਾਂ ਮੈਨੂੰ ਯਾਦ ਆ ਜਦੋਂ ਪਿਤਾ ਜੀ ਦੀ ਜਿਸ ਦਿਨ ਸ਼ਹੀਦੀ ਹੋਈ ਹੈ 30 ਅਪ੍ਰੈਲ ਦੀ ਗੱਲ 30 ਮਾਰਚ ਦੀ ਗੱਲ ਆ ਜਿਸ ਦਿਨ ਸ਼ਾਮ ਨੂੰ ਇਹ ਮੁਕਾਬਲਾ ਹੋਇਆ ਮੋਗੇ 31 ਨੂੰ ਕੁਛ ਵੀ ਨਹੀਂ 1 ਅਪ੍ਰੈਲ ਨੂੰ ਮੋਰਨਿੰਗ ਟਾਈਮ ਦੇ 5 ਵਜੇ ਸਵੇਰ ਦੇ ਆਪਾਂ ਲੁਧਿਆਣੇ ਰਹਿੰਦੇ ਸੀ ਘਰ ਜਿਹੜਾ ਤੁਹਾਨੂੰ ਦੱਸਿਆ ਕਿਰਾਏ ਦੇ ਉੱਥੋਂ ਆ ਕੇ ਗ੍ਰਿਫਤਾਰ ਕਰ ਲਿਆ ਮਾਤਾ ਜੀ ਨੂੰ ਮੈਨੂੰ ਅਤੇ ਮੇਰੀ ਸਿਸਟਰ ਉਦੋਂ 1 ਮੰਥ ਦੀ ਸੀ ਅਤੇ ਲੈ ਕੇ ਸਾਨੂੰ ਗ੍ਰਿਫਤਾਰ ਕਰਕੇ ਮਹਿਣੇ ਥਾਣੇ ਲਿਆਏ ਉਹਨਾਂ ਨੇ ਕਾਫੀ ਪੁੱਛਗਿੱਛ ਕੀਤੀ ਮਾਤਾ ਜੀ ਤੋਂ ਮੇਰਾ ਬਰਥ ਹੋਇਆ ਅਤੇ ਉਸ ਵੇਲੇ ਕਿਸੇ ਨੇ ਰਿਹਾਇਸ਼ ਨੂੰ ਵੀ ਜਗ੍ਹਾ ਨਹੀਂ ਦਿੱਤੀ ਸੀ ਪਰ ਫਿਰ ਮੇਰਾ ਜਿਹੜਾ ਜਨਮ ਸੀ ਉਹ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਘਰੇ ਹੋਇਆ ਸੀ ਰੋਡੇ ਪੈ ਫਿਰ ਸੰਘਰਸ਼ ਚੱਲਦਾ ਰਿਹਾ ਫਿਰ ਕਾਫੀ ਐਕਸ਼ਨ ਹੁੰਦੇ ਰਹੇ ਪਰ 1991 ਦੇ ਵਿੱਚ ਫਿਰ ਆ ਕੇ ਪਿਤਾ ਜੀ ਦੀ ਸ਼ਹੀਦੀ ਹੋ ਗਈ ਸੀ 30 ਮਾਰਚ ਨੂੰ ਆ ਕੇ ਇਨਕਾਊਂਟਰ ਅਖਬਾਰਾਂ ਦੇ ਵਿੱਚ ਆਇਆ ਕਿਉਂਕਿ ਸਾਨੂੰ ਉਹਨਾਂ ਨੇ ਪਿਤਾ ਜੀ ਉਹਨਾਂ ਦੀ ਬੋਡੀ ਨਹੀਂ ਦਿੱਤੀ ਸੀ ਅਤੇ ਕਦੇ ਫਿਰ ਉਸ ਤੋਂ ਬਾਅਦ ਹਾਲੇ ਤੱਕ ਵੀ ਕੇਸ ਚੱਲ ਰਿਹਾ ਪਰ ਆਪਾਂ ਨੂੰ ਕੋਈ ਵੀ ਉਹਦਾ ਹਾਲੇ ਮਿਲਿਆ ਨਹੀਂ ਹੈਗਾ ਕੋਈ ਵੀ ਅਤੇ ਮੈਂ ਮਾਡਲ ਸਕੂਲ ਦੇ ਵਿੱਚ ਪੜ੍ਹਦਾ ਸੀ ਮਿਡਲ ਹਾਈ ਸਕੂਲ ਦੇ ਵਿੱਚ ਅਤੇ ਜਿੱਦਾਂ ਸਕੂਲੇ ਜਾਣਾ ਬੱਚਿਆਂ ਨੇ ਵੀ ਛੇੜਨਾ ਕਿ ਨਾਲ ਦੇ ਜਿਹੜੇ ਮੇਰੇ ਫਰੈਂਡ ਹੁੰਦੇ ਸੀ ਕਲਾਸਮੇਟ ਉਹ ਮੈਨੂੰ ਅੱਤਵਾਦੀ ਦਾ ਮੁੰਡਾ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਵੀ ਸਾਨੂੰ ਟੀਚਰਾਂ ਨੇ ਜੇ ਦੇਖਣਾ ਤਾਂ ਉਹ ਇੱਕ ਅਲੱਗ ਹੀ ਨਿਗਾਹ ਦੇ ਨਾਲ ਦੇਖਦੇ ਹੁੰਦੇ ਸੀ ਕਿਉਂਕਿ ਸਕੂਲ ਸਾਡਾ ਆਰੀਆ ਸਮਾਜੀ ਸੀਗਾ ਪਰ ਦੇਖਣਾ ਉਹਨਾਂ ਨੇ ਜਿੱਦਾਂ ਰਾਸ਼ਟਰਵਾਦ ਦੇ ਰੰਗਾਂ ਸਾਨੂੰ ਵੀ ਉਦੋਂ ਪਤਾ ਨਹੀਂ ਸੀ ਉਹੀ ਬੋਲੀ ਬੋਲਣੀ ਉਹਨਾਂ ਨੇ ਜਿੱਦਾਂ ਬੱਚਿਆਂ ਨੇ ਵੀ ਸਾਡੇ ਨਾਲ ਗੱਲਾਂ ਐਂ ਬਣਾਈਆਂ ਕਿ ਅੱਤਵਾਦੀ ਦਾ ਮੁੰਡਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੜ੍ਹਦੀ ਕਲਾ 'ਚ ਰਹੇ ਹੋ ਮਹਾਰਾਜ ਦੇ ਭਾਣੇ ਅੰਦਰ ਆਪਾਂ ਵੀ ਚੜ੍ਹਦੀ ਕਲਾ 'ਚ ਹਾਂ ਅਤੇ ਜੋ ਮਹਾਰਾਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਓ ਕਿਸੇ ਪਾਸੇ ਆਪਾਂ ਡੋਲਣਾ ਨਹੀਂ ਪੰਦੇ ਆਉਂਦੇ ਜਾਂਦੇ ਰਹਿੰਦੇ ਨੇ ਮਹਾਰਾਜ ਆਪੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਚੰਗਾ ਵਾ।